ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਸਵਾਗਤ ਹੈ ਤੁਹਾਡਾ ਤੂੰ ਲਿਖੇ ਮੈਂ ਬੋਲਾਂ ਦੇ ਵਿੱਚ। ਕਿ ਕਰੀਏ ਸ਼ੁਰੂ? ਜਿਹੜੀ ਸਭ ਤੋਂ ਪਹਿਲਾਂ ਇੱਕ ਰਚਨਾ ਮਿਲੀ ਸੀ ਜਦੋਂ ਆਪਾਂ ਅਨਾਊਂਸਮੈਂਟ ਕੀਤੀ ਤੂੰ ਲਿਖੇ ਮੈਂ ਬੋਲਾਂ ਦੀ, ਉਹ ਸੀ ਸੋਚ ਸਬਰ ਇਮਾਨ ਤੋਲੇ ਜਾਵਣਗੇ, ਜ਼ਿੰਦਗੀ ਦੇ ਸਭ ਰਾਹ ਫਰੋਲੇ ਜਾਵਣਗੇ। ਵਾਹ, ਸੁੱਖ ਹੋਰਾਂ ਦੀ ਲਿਖੀ ਹੋਈ ਹੈ ਜੀ, ਸੁੱਖ ਨੇ ਲਿਖੀ ਹੈ। ਸੋਚ ਸਬਰ ਇਮਾਨ ਤੋਲੇ ਜਾਵਣਗੇ, ਜ਼ਿੰਦਗੀ ਦੇ ਸਭ ਰਾਹ ਫਰੋਲੇ ਜਾਵਣਗੇ। ਪੰਛੀ ਦਾ ਕਦ ਕਿੰਨਾ ਉੱਚਾ ਵੇਖਣ ਲਈ ਪਿੰਜਰੇ ਦੇ ਦਰਵਾਜ਼ੇ ਖੋਲੇ ਜਾਵਣਗੇ। ਚੁੱਪ ਰਿਹਾ ਮੈਂ ਕਾਫੀ ਲੰਬੇ ਅਰਸੇ ਤੋਂ, ਹੁਣ ਰੈਬਰ ਦੇ ਚਿੱਠੇ ਖੋਲੇ ਜਾਵਣਗੇ। ਹਾਕਮ ਨੂੰ ਹੈ ਨਫ਼ਰਤ ਜਿੰਨਾ ਲਫ਼ਜ਼ਾਂ ਤੋਂ, ਉੱਚੀ ਉੱਚੀ ਹਰ ਥਾਂ ਬੋਲੇ ਜਾਵਣਗੇ। ਵਾਹ ਵਾਹ ਸੁੱਖ ਸਾਹਿਬ, ਬਹੁਤ ਵਧੀਆ ਸ਼ੇਰ ਹੈ ਯਾਰ। ਤਾਂ ਹਾਕਮ ਨੂੰ ਹੈ ਨਫ਼ਰਤ ਜਿੰਨਾ ਲਫ਼ਜ਼ਾਂ ਤੋਂ, ਉੱਚੀ ਉੱਚੀ ਹਰ ਥਾਂ ਬੋਲੇ ਜਾਵਣਗੇ। ਹੁਣ ਪਹਿਲਾਂ ਮਜ਼ਦੂਰ ਦਾ ਮੁੜਕਾ ਡੋਲਣ ਤੋਂ, ਸੂਰਜ ਉੱਤੇ ਪਾਣੀ ਡੋਲੇ ਜਾਵਣਗੇ। ਵਾਹ ਯਾਰੇ, ਕਮਾਲ ਹੈ ਸੁੱਖ ਤੁਹਾਡੀ ਰਚਨਾ ਯਾਰ। ਹੁਣ ਪਹਿਲਾਂ ਮਜ਼ਦੂਰ ਦਾ ਮੁੜਕਾ ਡੁੱਲਣ ਤੋਂ, ਸੂਰਜ ਉੱਤੇ ਪਾਣੀ ਡੋਲੇ ਜਾਵਣਗੇ। ਉਸ ਲੜਕੀ ਦੇ ਇੱਕ ਦੋ ਸੁਪਨੇ ਸਾਂਭਣ ਲਈ ਦੁਨੀਆ ਭਰ ਦੇ ਤਗਮੇ ਰੋਲੇ ਜਾਵਣਗੇ। ਬਹੁਤ ਵਧੀਆ ਰਚਨਾ ਤੁਹਾਡੀ ਇਹ, ਮਜ਼ਾ ਆਇਆ ਮੈਨੂੰ ਪੜ੍ਹ ਕੇ। ਸੋ ਮੈਨੂੰ ਲੱਗਦਾ ਤੁਹਾਨੂੰ ਵੀ ਸੁਣ ਕੇ ਸਵਾਦ ਆਇਆ ਹੋਊਗਾ। ਅਗਲੀ ਜਿਹੜੀ ਰਚਨਾ ਹੈਗੀ ਉਹ ਹੈ ਦਿਓਲ ਹਰਜੋਤ ਦੀ। ਕਾਸ਼ ਬਾਪੂ, ਕਾਸ਼ ਬਾਪੂ ਮੈਂ ਆਪਣੀ ਅੱਧੀ ਜ਼ਿੰਦਗੀ ਬਾਪੂ ਤੇਰੋ ਨਾਮ ਲਾ ਸਕਦਾ। ਊੜਾ ਦੁਨੀਆ ਬਾਪੂ ਮੈਂ ਦੁਬਾਰਾ ਦੇਖਣੀ ਚਾਹੁੰਦਾ, ਜੋ ਤੇਰੇ ਮੋਢਿਆਂ 'ਤੇ ਵੇਖੀ ਸੀ। ਕਾਸ਼ ਮੈਂ ਉਸ ਟਾਈਮ ਨੂੰ ਵਾਪਸ ਲਿਆ ਸਕਦਾ। ਮੇਰਾ ਕਿਹਾ ਪੰਜਾਬੀ ਲਿਖਣ ਦੀ ਪ੍ਰੈਕਟਿਸ ਕਰਦੇ ਨੇ ਜਾਂ ਇਹਦੇ ਵਿੱਚ ਟਾਈਪਿੰਗ ਵਿੱਚ ਗਲਤੀਆਂ ਹੋਈਆਂ ਨੇ। ਕਾਸ਼ ਬਾਪੂ ਮੈਂ ਆਪਣੀ ਨਹੀਂ ਆਪਣੀ, ਆੜੇ ਨੂੰ ਕੰਨਾ ਪੱਪਾ, ਨਾਣੇ ਨੂੰ ਬਿਹਾਰੀ, ਆਪਣੀ ਇਹਨਾਂ ਨੇ ਲਿਖਿਆ ਆਪਣੀ। ਕਾਸ਼ ਮੈਂ ਆਪਣੀ ਅੱਧੀ ਜ਼ਿੰਦਗੀ, ਜੱਜੇ ਦੇ ਪੈਰ 'ਚ ਬਿੰਦੀ, ਜੇ ਇੰਗਲਿਸ਼ 'ਚ ਲਿਖਣਾ ਹੈ ਰੋਮਨ 'ਚ ਤਾਂ ਲਿਖੋ ZINDGI ਜ਼ਿੰਦਗੀ, ਜੇ ਨਾਲ ਨਹੀਂ। ਜੇ ਪੰਜਾਬੀ 'ਚ ਲਿਖਣਾ ਤਾਂ ਜੱਜੇ ਪੈਰ ਬਿੰਦੀ, ਜੱਜੇ ਨੂੰ ਸਿਹਾਰੀ, ਜ਼ਿੰਦਗੀ। ਕਾਸ਼ ਬਾਪੂ, ਕਾਸ਼ ਮੈਂ ਆਪਣੀ ਅੱਧੀ ਜ਼ਿੰਦਗੀ ਬਾਪੂ ਤੇਰੇ ਨਾਮ ਲਾ ਸਕਦਾ। ਮੈਂ ਸਿੱਧੀ ਪੜ੍ਹਦਾ, ਇਹਨਾਂ ਨੇ ਤੇਰੋ ਲਿਖਿਆ ਹੈ। ਉਹ ਪਾਉਣਾ ਹੈ ਊੜੇ ਦਾ ਮੂੰਹ ਖੁੱਲ੍ਹਾ। ਉਹ ਦੁਨੀਆ ਬਾਪੂ ਮੈਂ ਦੁਬਾਰਾ ਦੇਖਣੀ, ਉਹੋ ਦੁਨੀਆ ਬਾਪੂ ਮੈਂ ਦੁਬਾਰਾ ਦੇਖਣੀ ਚਾਹੁੰਦਾ। ਨਾਣੇ ਨਾਲ ਦੇਖਣੀ, ਨੰਨੇ ਨਾਲ ਨਹੀਂ, ਦੇਖਣੀ ਨਹੀਂ, ਦੇਖਣੀ ਚਾਹੁੰਦਾ, ਜੋ ਤੇਰੇ ਮੋਢਿਆਂ 'ਤੇ ਵੇਖੀ ਸੀ। ਕਾਸ਼ ਮੈਂ ਉਸ ਟਾਈਮ ਨੂੰ ਵਾਪਸ ਬੁਲਾ ਸਕਦਾ, ਬੱਬੇ ਨਾਲ ਨਹੀਂ, ਵਾਹਵੇ ਨਾਲ, ਪੱਪੇ ਨੂੰ ਸਿਹਾਰੀ ਵਾਪਸ ਬੁਲਾ ਸਕਦਾ। ਉਹ ਹਾਸਾ ਮੈਂ ਦੁਬਾਰਾ ਖਿੜਨਾ ਚਾਹੁੰਦਾ, ਜੋ ਤੇਰੇ ਨਾਲ ਖਿੜਦਾ ਸੀ। ਕਾਸ਼ ਬਾਪੂ ਤੂੰ ਆ ਕੇ ਮੈਨੂੰ ਹਸਾ ਸਕਦਾ। ਬਾਪੂ ਤੂੰ ਵੀ ਉੱਪਰ ਆਪਾਂ ਦੇ ਟਿੱਪੀ ਪਾਉਣੀ ਹੈ, ਤੈਨੂੰ ਦੋ ਥੱਲੇ ਤਲੈਂਕੜ, ਆ ਕੇ ਇਹ ਥੋੜ੍ਹਾ ਅਲੱਗ ਕਰ ਦਿਉ, ਆ ਅਲੱਗ ਭਰ ਦਿਉ, ਕੇ ਅਲੱਗ ਕਰ ਦਿਉ, ਮੈਨੂੰ ਮੰਮੇ ਨੂੰ ਦਲਾਵਾਂ, ਨੰਨੇ ਨੂੰ ਤਲੈਂਕੜ, ਨੰਨੇ ਦੇ ਉੱਤੇ ਟਿੱਪੀ, ਮੈਨੂੰ ਹਸਾ ਸਕਦਾ। ਜੋਤ ਕਾਸ਼ ਬਾਪੂ ਤੂੰ ਤੇਰਾ ਨਾਮ ਦੁਬਾਰਾ ਲੈ ਸਕਦਾ। ਜੋਤ ਦਿਓਲ, ਦਿਓਲ ਹਰਜੋਤ, ਬਹੁਤ ਵਧੀਆ ਤੁਹਾਡਾ। ਥੋੜ੍ਹਾ ਪੜ੍ਹਿਆ ਕਰੋ, ਲਿਖਣ ਦੀ ਪ੍ਰੈਕਟਿਸ ਕਰਿਆ ਕਰੋ, ਔਰ ਚੰਗੇ ਲੇਖਕਾਂ ਨੂੰ ਪੜ੍ਹੋ। ਜ਼ਰੂਰੀ ਨਹੀਂ ਹੁੰਦਾ ਕਿ ਆਪਣਾ ਲਿਖਣ 'ਤੇ ਜ਼ਿਆਦਾ ਜ਼ੋਰ ਲਾਉਣਾ ਆਪਾਂ ਨੇ। ਆਪਾਂ ਇਹ ਵੀ ਕਰ ਸਕਦੇ ਹਾਂ ਕਿ ਇਹ ਪਹਿਲਾਂ ਆਪਾਂ ਪੜ੍ਹਨ ਦੀ ਆਦਤ ਪਾ ਲਈਏ, ਹੈ ਨਾ, ਫਿਰ ਅੱਗੇ ਜਾ ਕੇ ਤੁਰੀਏ ਤਾਂ ਫਿਰ ਵਧੀਆ ਗੱਲ ਬਣ ਸਕਦੀ ਹੈ। ਸੋ ਅੱਗੇ ਹੈ ਨੇ ਜੀ ਨਵ ਗਿੱਲ। ਨਵ ਗਿੱਲ ਕਹਿੰਦਾ ਇੱਕ ਪਿਆਰ ਸੀ ਮੈਨੂੰ ਸ਼ਾਇਰੀ ਨਾਲ, ਜੋ ਕਲਮ ਦੇ ਆਸ਼ਿਕ ਨੇ ਪੇਜ ਬਣਾ ਦਿੱਤਾ, ਪੇਜ ਬਣਾ ਦਿੱਤਾ। ਦੂਜੇ ਪਿਆਰ ਸੀ ਮੈਨੂੰ ਉਹਦੇ ਨਾਲ, ਜਿਸ ਦੇ ਹਰ ਦਰਦ ਲਿਖਣਾ ਸਿਖਾ ਦਿੱਤਾ। ਕਲਮ ਚੁੱਕੀ ਅਤੇ ਕਦੀ ਤੇਰੇ ਲਈ ਦੇਖੇ ਸੁਪਨੇ ਲਿਖ ਦਿੱਤੇ, ਅਤੇ ਕਦੀ ਵਿਛੋੜੇ ਸੁਣਾ ਦਿੱਤਾ। ਪਰ ਇੱਥੇ ਅੰਦਾਜ਼ ਨਹੀਂ ਮੈਨੂੰ ਮੇਰਾ ਆਪਣੇ ਪਿਆਰ ਦਾ, ਕਹਾਣੀ ਨਾ ਪਿਆਰ ਨਾ ਪਿਆਰ ਹੈ, ਜੋ ਹਰ ਕਿਸੇ ਤੋਂ ਮੈਂ ਲੁਕੋਈ ਹੈ। ਪਰ ਜਿਸ ਦਿਨ ਨਵ ਨੇ ਕਲਮ ਚਲਾਈ, ਤੂੰ ਲਿਖਤ ਪੜ੍ਹ ਪੜ੍ਹ ਹਮੇਸ਼ਾ ਰੋਵੇਂਗੀ। ਇਹ ਕਈ ਵਾਰੀ ਰੋਮਨ ਦੇ ਵਿੱਚ ਨਾ ਮੈਂ ਪੜ੍ਹਦਾ ਰਿਹਾ, ਤੂੰ ਲਿਖਤ ਪਦ ਪਦ ਹਮੇਸ਼ਾ ਰੋਵੇਂਗੀ। ਇਹ ਥੋੜ੍ਹਾ ਜਿਹਾ ਕਈ ਵਾਰੀ ਕੁਝ ਹੋਰ ਪੜ੍ਹਨ ਹੋ ਜਾਂਦਾ, ਪੜ੍ਹ ਪੜ੍ਹ। ਜੇ ਰੋਮਨ 'ਚ ਲਿਖਣਾ ਹੋਵੇ ਤਾਂ PARH ਪੜ੍ਹ ਪਾ ਸਕਦੇ ਹਾਂ, ਜਾਂ
डी फिर पैड बन जूगा। पढ़ पढ़े रोमन का बहुत पंगा है, पंजाबी नूं जो रोमन च लिख रहे बड़ा सोच समझ के लिखनी पैंदी है। सो पी ए डी डी पद पद नहीं आप लिखते, आप पी ए आर एच पढ़ पढ़ कर सकते हैं। पर नवगिल तुहाडी कोशिश बहुत अच्छी है और तुसी लिखने लिखिया वधिया है। इस तरह की कोशिश तुसी जारी रखो, वधिया लग्या कि तुसी इसनू निभाया है। बढ़िया रचनावां ने पर मैं रोमन विच उही गल है कि लिखण वाली गल ना रोमन वाली कई बारी बनदी नहीं। हरमन बाठ ने अगे कहिंदे ने जद लिपे बेड़े विच कां दियां पैड़ां दिसियां होण, थे हुए मकानां विच कबूतरां दियां बिठां विशियां विसियां होण, ज्यों पंछियां दी सजरी उडान कोई सांजरे जिहे जद दिल चोर नचदा वे साडे कच्चियां कंधोलियां ते मोर नचदा। लिपे वेड़े कहो लिपे नहीं लल्ले दे उपर अदक लिपे वेड़े कां दियां पैड़ां राड़े नूं कन्ना पाके उपर बिंदी पैड़ां दिसियां होण, थे हुए मकानां विच कबूतरां दियां बिठां बिठा नहीं बिठां बिठां विशियां होण विसियां नहीं विशियां होण। ये संगरूर जिला तां नहीं साडा कितें साडे कन्नी कहिंदे ने संगरूर वाली सड़क ते छप छू छू करदा फिरदा सी छोटी लै के छिलकता। अंबरां दा तख्ता खोल सजरी सवेर जद बूहे ढुकदी ਧੁੱਪਾਂ ਦੀ ਇਹ ਲਾਲੀ ਕੱਚੀਆਂ ਕੰਧਾਂ ਤੇ ਆਣ ਡੁੱਕਦੀ ਹੱਥਾਂ ਨਾਲ ਬਨੇਰਿਆਂ ਤੇ ਕੀਤੀਆਂ ਨੇ ਕਲਾਕਾਰੀਆਂ ਖੇਸ ਤੰਦ ਨਿਕੜੀ ਦਾ ਦਾਜ ਨਿਕੜੀ ਨੰਨੇ ਦੇ ਉੱਪਰ ਅੱਧਕ ਖੇਸ ਤੰਦ ਨਿਕੜੀ ਦਾ ਦਾਜ ਚਾਵਾਂ ਨਾਲ ਲਈਆਂ ਪਲੰਘ ਨਵਾਰੀਆਂ ਪਲਗ ਨੀ ਪਲੰਘ ਨਵਾਰੀਆਂ ਨਾਲੇ ਬੰਬਲਾਂ ਨੂੰ ਸੂਹੀਆਂ ਸਵੇਰਾ ਸੰਗ ਕੱਸਦਾ ਵੀ ਸਾਡੇ ਕੱਚੀਆਂ ਕੰਧੋਲੀਆਂ ਤੇ ਮੋਰ ਨੱਚਦਾ। ਗੱਲ ਬਹੁਤ ਅੱਛੀ ਹੈ ਹਰਮਨ, ਗੱਲ ਬਹੁਤ ਸੋਹਣੀ ਕੀਤੀ ਹੈ ਤੁਸੀਂ, ਆਈ ਲਵ ਇਟ। ਔਰ ਕਾਸ਼ ਬਾਪੂ ਵਾਲੀ ਆਪਾਂ ਪੜ੍ਹ ਲਈ ਸੀਗੀ। 2000 years later ਅੱਜ ਦਾ ਐਪੀਸੋਡ ਇੰਨਾ ਹੀ ਸੀ। ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ 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 ਸਬਸਕ੍ਰਾਈਬ ਚੈਨਲ ਨੂੰ। ਯੈਸ ਹਾਂ, ਆਹ ਘੰਟੀ ਵਾਲਾ ਬਟਨ ਵੀ ਦੱਬ ਦਿਓ। ਵੈਰੀ ਨਾਈਸ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਰਾਣਾ ਰਣਬੀਰ ਸਰ, ਮੈਨੂੰ ਤੁਹਾਡਾ ਨਵਾਂ ਸ਼ੋਅ ਤੂੰ ਲਿਖੇ ਮੈਂ ਬੋਲਾਂ ਬੇਹੱਦ ਪਸੰਦ ਆਇਆ। ਇਹ ਉੱਭਰ ਰਹੇ ਲਿਖਾਰੀਆਂ ਦੇ ਲਈ ਸੁਨਹਿਰੀ ਮੌਕੇ ਦੀ ਤਰ੍ਹਾਂ ਹੈ। ਥੈਂਕ ਯੂ ਸੋ ਮੱਚ ਇੰਨਾ ਸੋਹਣਾ ਸ਼ੋਅ ਬਣਾਉਣ ਦੇ ਲਈ। ਲਵ ਯੂ।